ਅਪਾ ਉਹਨਾਂ ਨੂੰ ਉੱਡਣ ਦਾ ਮੌਕਾ ਦਿੱਤਾ ਜਿਹਨਾਂ ਨੇ ਬਹੁਤੀ ਹੱਤ ਚੁੱਕੀ ਹੈ ਤੇ ਸ਼ਾਇਦ ਬਹੁਤਿਆਂ ਲੋਕਾਂ ਨੇ ਇਸ ਗੱਲ ਦੇ ਉੱਤੇ ਵੀ ਬਹੁਤ ਰੌਲਾ ਪਾਇਆ ਸ਼ਿਵ ਸੈਨਾ ਵਾਲੇ ਹੋਗੇ ਦੂਜੇ ਤੀਜੇ ਵੀ ਇਹਨਾਂ ਨੂੰ ਕਿਨੇ ਅਧਿਕਾਰ ਦਿੱਤਾ ਇਹ ਕੌਣ ਹੁੰਦੇ ਆ ਪੱਗ ਹਿੰਦੂਆਂ ਦੀ ਆ ਪੱਗ ਸਿੱਖਾਂ ਦੀ ਨਹੀਂ ਆ ਬਈ ਪੱਗ ਜਿਹੜੀ ਆ ਇਹ ਸਾਰਿਆਂ ਦੀ ਆ ਕਿਉਂਕਿ ਜਿਹੜੀ ਪੱਗ ਕਿਸੇ ਦੇ ਪੈਰਾਂ 'ਚ ਨਹੀਂ ਰੱਖੀ ਜਾ ਸਕਦੀ ਕਿਸ ਦੇ ਗਰੀ ਝੁਕਾਈ ਨਹੀਂ ਜਾ ਸਕਦੀ ਜਿਸ ਪੱਗ ਵਾਸਤੇ ਸਾਡੇ ਵੱਡਿਆਂ ਨੇ ਸਾਨੂੰ ਮਰਨਾ ਹੀ ਸਿਖਾਇਆ ਇਸ ਪੱਗ ਨੂੰ ਬੇਦਾਗ ਰੱਖਣਾ ਤੇ ਜੇ ਕਿਤੇ ਦਾਗ ਲੱਗਦਾ ਨਜ਼ਰ ਆਵੇ ਨਾ ਤੇ ਆਪਾਂ ਕੁਰਬਾਨ ਕਰ ਦੇਣਾ ਠੀਕ ਹੈ ਇਹ ਕੱਪੜਾ ਨਹੀਂ ਹੈਗਾ ਉਹਨਾਂ ਸਾਰਿਆਂ ਨੂੰ ਮੈਂ ਚਲੋ ਮੇਰੇ ਭਰਾ ਹੀ ਆਓ ਉਹਨਾਂ ਨਾਲ ਮੈਂ ਕੋਈ ਕੰਟਰੋਵਰਸੀ ਨਹੀਂ ਬਸ ਇਹਨਾਂ ਕਹਿਣਾ ਵੀ ਪਾਸਾ ਵਟੋ ਤੁਹਾਡਾ ਲੈਣ ਦੇਣ ਕੋਈ ਨਹੀਂ ਆਪਣਾ ਹਿੰਦੂ ਸਮਾਜ ਵੇਖੋ ਬਹੁਤ ਕੁਝ ਦੇ ਵਿੱਚ ਪਿਆ ਜਹੀਂ ਉਧਰ ਨੂੰ ਧਿਆਨ ਮਾਰ ਲੱਗੇ ਤੇ ਤੁਹਾਡੀਆਂ ਚੀਕਾਂ ਵੱਜਣੀਆਂ ਫਿਰ ਕੰਦਾ ਨਾ ਤੁਸੀਂ ਵੱਜਣਾ ਆਪਾਂ ਉਹ ਪੱਖ ਨੂੰ ਜਾਣਾ ਨਹੀਂ ਹੈ ਜਿਹੜਾ ਪੱਖ ਸਾਡਾ ਵੇਖੋ ਅਸੀਂ ਆਪਣੇ ਭੈਣ ਭਰਾਵਾਂ ਨੂੰ ਕਹਿ ਰਹੇ ਹਾਂ ਜਿਹੜੇ ਸੇਖ ਹੁੰਦੇ ਆ ਵੀ ਸਿਰ ਤੇ ਪੱਗਾਂ ਬੰਨਣ ਦੇ ਬਾਵਜੂਦ ਵੀ ਸਿੰਘ ਸਾਹਿਬ ਵਾਲੀਆਂ ਪੱਗਾਂ ਬੰਨ ਕੇ ਵੀ ਉਹ ਇੰਗਲਿਸ਼ ਫਿਮ ਡੈਲਟਾ ਫਿਲਮ ਮੂਵੀ ਜਿਹੜੀ ਉਹ ਬਣਾ ਬਣਾ ਕੇ ਸ਼ੇਅਰ ਕਰਦੇ ਅਸੀਂ ਉਹਨਾਂ ਭਰਾਵਾਂ ਨੂੰ ਕਹਿ ਰਹੇ ਹਾਂ ਤੇ ਉਹਨਾਂ ਨੂੰ ਕਹਿਣਾ ਸਾਡਾ ਫਰਜ਼ ਬਣਦਾ ਅਸੀਂ ਵੱਡੇ ਹਾਂ ਜੇ ਉਹਨਾਂ ਤੋਂ ਘਰ ਦੇ ਵਿੱਚ ਜਿਹੜਾ ਵੱਡਾ ਹੁੰਦਾ ਉਹ ਆਪ ਤੋਂ ਛੋਟਿਆਂ ਨੂੰ ਕਹਿ ਸਕਦਾ ਠੀਕ ਆ ਤੇ ਜਿਹੜੇ ਹੁਣ ਚਟੀਆਂ ਦਾੜੀਆਂ ਵਾਲੇ ਸਿਰ ਤੇ ਪੱਗਾਂ ਬੰਨ੍ਹ ਕੇ ਬੱਡਾਂ ਦੇ ਲੇਟ ਦੇ ਫਿਰਦੇ ਆ ਕੀ ਤੁਸੀਂ ਚਾਹੁੰਦੇ ਵੀ ਇਹਨਾਂ ਲੋਕਾਂ ਨੂੰ ਨਾ ਰੱਕਿਆ ਜਾਵੇ ਤੁਸੀਂ ਕੀ ਚਾਹੁੰਦੇ ਵੀ ਗੰਦ ਵੱਤ ਵੱਤ ਪਵੇ ਹੁਣ ਇਹੋ ਜਿਹੇ ਚਟੀਆਂ ਦਾੜੀਆਂ ਵਾਲੇ ਚੋਰੇ ਆ ਜਿਹੜੇ ਦੋ ਦੋ ਕੁੜੀਆਂ ਦੇ ਨਾਲ ਵੀਡੀਓ ਬਣਾ ਕੇ ਪਾ ਰਹੇ ਆ ਕੀ ਗੱਲ ਉਹਨਾਂ ਨੂੰ ਡੱਕਣਾ ਨਹੀਂ ਚਾਹੀਦਾ ਕੀ ਸੇਖਾਂ ਦਾ ਇਹ ਅਧਿਕਾਰ ਨਹੀਂ ਹੈਗਾ ਵੀ ਆਪਣੇ ਲਾਣੇ ਨੂੰ ਸੁਧਾਰ ਸਕਣ ਮੈਂ ਨਹੀਂ ਕਹਿੰਦਾ ਵੀ ਤੁਸੀਂ ਹਿੰਦੂਆਂ ਨੂੰ ਸੁਧਾਰ ਲਓ ਮੈਂ ਨਹੀਂ ਕਹਿੰਦਾ ਸਾਈਆਂ ਨੂੰ ਸੁਧਾਰ ਲਓ ਮੈਂ ਨਹੀਂ ਕਹਿੰਦਾ ਮੁਸਲਮਾਨਾਂ ਨੂੰ ਸੁਧਾਰ ਲਓ ਕੰਮ ਸੇ ਕੰਮ ਆਪੋ ਆਪਣਾ ਲਾਣਾ ਦੇ ਸੰਭਲੋ ਆ ਜਿਹੜੇ ਹੁਣ ਇੰਸਟਾਗ੍ਰਾਮ ਦੇ ਉੱਤੇ ਆ ਕਦੀ ਉਹ ਵਾਲਜ ਖਿਲਾਰ ਲਿੰਦਾ ਕਦੀ ਉਹ ਦਮਾਲਾ ਬਣ ਲਿੰਦਾ ਹਨਾ ਤੇ ਇਦਾਂ ਦੇ ਹੁਣ ਇੱਕ ਬਾਬਾ ਜਿਹੜਾ ਭਈਆਣੀ ਨਾਲ ਲੈ ਕੇ ਉੱਥੇ ਲੜਦਾ ਫਿਰਦਾ ਸਭ ਪਰ ਕੀ ਗੱਲ ਇਹਨਾਂ ਬੰਦਿਆਂ ਨੂੰ ਪੁੱਛਣਾ ਨਹੀਂ ਚਾਹੀਦਾ ਗੇ ਪ੍ਰਸ਼ਾਸਨੀਆਂ ਇਹਨਾਂ ਚੀਜ਼ਾਂ ਦੇ ਕਾਰਵਾਈ ਕੱਸ ਦੇਵੇ ਤੇ ਸਾਨੂੰ ਤੇ ਲੋੜ ਹੀ ਨਾ ਪਵੇ ਜੇ ਹੁਣ ਮੰਨ ਲਓ ਜਿਹੜੇ ਸਿੱਖ ਸਮਾਜ ਦੇ ਆਗੂ ਆ ਜਿਹੜੇ ਆਗੂ ਚਿਹਰੇ ਆ ਕੀ ਗਾ ਉਹਨਾਂ ਨੂੰ ਸੁਤੇ ਉਹਨਾਂ ਨੂੰ ਦੇਖਦਾ ਕੱਲਾ ਮਾਨ ਸਿੰਘ ਕਾਲੀ ਜ਼ਿੰਮੇਵਾਰੀ ਹੈ ਵੀ ਮੈਨੂੰ ਦੇਖਦਾ ਤੁਹਾਨੂੰ ਨਹੀਂ ਦੇਖਦਾ ਕਿ ਇਹਨੂੰ ਭਾਈ ਜਿੰਨੇ ਵੀ ਸਿੱਖ ਆ ਜਿਨ੍ਹਾਂ ਦੇ ਅੰਦਰ ਵਾਕਿਆ ਸਿੱਖੀ ਦਾ ਬੂਟਾ ਲੱਗਾ ਬੁਖਾਵੇ ਵਾਲੇ ਸਿੱਖ ਨਹੀਂ ਚਾਹੀਦੇ ਜਿਨ੍ਹਾਂ ਦੇ ਅੰਦਰ ਵਾਕਿਆ ਗੁਰੂ ਦੀ ਕਿਰਪਾ ਵਾ ਉਹ ਬੰਦੇ ਆਪਣੇ ਆਸ-ਪਾਸ ਨੂੰ ਸਾਫ਼ ਰੱਖੋ ਕਮ ਸੇ ਕਮ ਸਿੱਖ ਸਮਾਜ ਇੱਕੋ ਸਮਾਜ ਆ ਜਿਨ੍ਹਾਂ ਨੇ ਆਪਣੇ ਵਾਸਤੇ ਕਦੇ ਜੀ ਕੇ ਨਹੀਂ ਵੇਖਿਆ ਇਹ ਸੰਸਾਰ ਵਾਸਤੇ ਜੀਦਾ ਰਿਆ ਤੇ ਅੱਜ ਉਹਨਾਂ ਉੱਤੇ ਉਂਗਲੀਆਂ ਜਿਹੜੀਆਂ ਲੋਕ ਕਰਦੇ ਆ ਜਿਨ੍ਹਾਂ ਲੋਕਾਂ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਅੱਜ ਉਹਨਾਂ ਦੇ ਉੱਤੇ ਲੋਕ ਟਿੱਪਣੀਆਂ ਕਰਦੇ ਪਏ ਆ ਤੇ ਟਿੱਪਣੀਆਂ ਕਰਾਉਣ ਵਾਲੇ ਵੀ ਸਾਡੇ ਆਪਣੇ ਧੀਆਂ-ਪੁੱਤਾਂ ਕੋਈ ਬਾਹਰੋਂ ਨਹੀਂ ਆਏ ਬਾਕੀ ਭਾਈ ਵੇਖੋ ਜਿਹੜੇ ਗੰਦ ਪਾਰ ਇਹਨਾਂ ਨੂੰ ਪੁੱਛਣਾ ਤੇ ਹੈਗਾ ਹੀ ਹੈ ਮਿਲਣਾ ਵੀ ਹੈਗਾ ਇਹਨਾਂ ਨੂੰ ਇੱਕ ਵਾਰੀ ਪਿਆਰ ਨਾਲ ਮਿਲਣਾ ਇਹਨਾਂ ਨੂੰ ਨਾ ਇਹਨਾਂ ਨੂੰ ਕੁੱਟਣਾ ਨਾ ਨੰਤ ਮਕਾਉਣਾ ਬਸ ਇੱਕ ਵਾਰੀ ਪਿਆਰ ਨਾਲ ਬਾਕੇ ਸਮਝਾਉਣਾ ਠੀਕ ਆ ਬਾਕੀ ਵੀ ਜੇ ਤੁਹਾਨੂੰ ਲੱਗਦਾ ਵੀ ਕੁਲੜ ਪੀਜਿਆ ਨੂੰ ਸਾਨੂੰ ਸਾਰਿਆਂ ਨੂੰ ਸਿਕਿਉਰਿਟੀ ਮਿਲ ਜਣੀ ਤੇ ਫਿਰ ਹੁਣ ਉਹਨੂੰ ਹਾਈ ਕੋਰਟ ਨੂੰ ਭੱਜ ਲੋ ਜਿੱਨੇ ਭਜਣਾ ਕਿਉਂਕਿ ਫਿਰ ਅਹੀਂ ਪਿਆਰ ਨਾਲ ਇੱਕ ਵਾਰੀ ਸਮਝਾਉਣਾ ਦੂਜੀ ਅਣੀ ਸਮਝਾਉਣਾ ਫੇਰ ਨਾ ਤੁਸੀਂ ਕਿਉਂ ਵੀ ਦੱਸਿਆ ਜਾਂ ਨਹੀਂ ਦੱਸਿਆ ਠੀਕ ਆ ਕੱਲਾ ਮੈਂ ਮਾਨ ਸਿੰਘ ਅਕਾਲੀ ਨਹੀਂ ਕਹਿ ਰਿਹਾ ਪੂਰਾ ਪੰਥ ਦੇ ਇਸ ਚੀਜ਼ ਦੇ ਨਾਲ ਮੋਢਾ ਨਾਲ ਲਾ ਕੇ ਖੜਾ ਤੇ ਇਸ ਚੀਜ਼ ਦੇ ਉੱਤੇ ਤੁਸੀਂ ਨਾ ਇਹ ਚੀਜ਼ ਨੂੰ ਨਾ ਪਰਖੋ ਨਾ ਵੀ ਸਾਡੇ ਬਲ ਕੀ ਹੈ ਤੇ ਸਾਡਾ ਜੋਰ ਕੀ ਹੈ ਵੀ ਦਾਲ ਪੰਥ ਘਰ ਸੁੱਤੇ ਬੈਠੇ ਆ ਜਾਂ ਦਾਲ ਪੰਥ ਜਾਗਦੇ ਨਹੀਂ ਆ ਦਲਪੰਥ ਜਾਗਦੇ ਵੀ ਆ ਤੇ ਉਹ ਤਿਆਰ ਵਰ ਤਿਆਰ ਵੀ ਹੈ ਸਿਰਫ ਇਸ ਪੰਜਾਬ ਦੇ ਵਿੱਚ ਆਪਾਂ ਆਪਣੇਆਂ ਨੂੰ ਤੇ ਆਪਣੇਆਂ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਤੇ ਆਪਣੇ ਬੱਚੇ ਨੂੰ ਆਪਣੀ ਧੀ ਨੂੰ ਆਪਣੀ ਭੈਣ ਨੂੰ ਆਪਣੀ ਮਾਂ ਨੂੰ ਜੇ ਕੋਈ ਕਰਾਏ ਪਿਆ ਤੇ ਉਹਨੂੰ ਸਮਝਾਉਣਾ ਸਾਡਾ ਫਰਜ਼ ਬਣਦਾ ਕਈ ਵਾਰ ਵੱਡੇ ਕਰਾਏ ਪਏ ਜਾਂਦੇ ਤੇ ਛੋਟਿਆਂ ਦਾ ਫਰਜ਼ ਬਣਦਾ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਉਹਨਾਂ ਨੂੰ ਸਮਝਾਵੇ ਤੇ ਜੇ ਕਿਸੇ ਦੇ ਮਨ ਚ ਬਈ ਬਾਕੀਆਂ ਦੇ ਭਲੇਖਾ ਪੈ ਗਿਆ ਸ਼ਾਇਦ ਵੀ ਕੁਲੜ ਪੀਜੇ ਵਾਲਿਆਂ ਤੋਂ ਬਾਅਦ ਮਾਨਸੇਂ ਅਕਾਲੀ ਤੇ ਬਾਕੀ ਸਿੰਘ ਜਿਹੜੇ ਉਹ ਹੁਣ ਬਹਿ ਗਏ ਆ ਚੁੱਪ ਕਰਕੇ ਠੰਡੇ ਹੋ ਗਏ ਆ ਜਾਂ ਇਦਾਂ ਉਦਾਂ ਇਹ ਵੇਖੋ ਜੇਲਾਂ ਤੇ ਰੇਲਾਂ ਤੇ ਕੋਟ ਕਚਹਿਰੀਆਂ ਇਹ ਸਿੰਘਾਂ ਵਾਸਤੇ ਬਣੀਆਂ ਵਾ ਇਹ ਜਿਹੜੇ ਸਮਾਏ ਕਿਸਮੁਕੀਏ ਚੋਰ ਚਾ ਲਟੇਰੇ ਟੂਰੇ ਉਹਨਾਂ ਵਾਸਤੇ ਨਹੀਂ ਬਣੀਆਂ ਇਹ ਸਮੇ ਸਮੇ ਦੇ ਉੱਤੇ ਜਦੋਂ ਪੁਰਾਤਨ ਇਤਿਹਾਸ ਪੜ੍ਹਦੇ ਆ ਉਦੋਂ ਪਤਾ ਲੱਗਦਾ ਵੀ ਸਿੰਘ ਜਦੋਂ ਵੀ ਜ਼ੁਲਮ ਦੇ ਬਰ ਖਿਲਾਫ ਆਵਾਜ਼ ਬੁਲੰਦ ਕਰਦੇ ਰਿਹਾ ਤੇ ਸਰਕਾਰਾਂ ਨੂੰ ਇਹ ਖਤਰਾ ਹੁੰਦਾ ਹੈ ਵੀ ਜੇ ਜੇ ਆਪਾਂ ਸਿੰਘ ਜਿਹੜੇ ਆ ਇਹਨਾਂ ਨੂੰ ਜੇਲਾ ਵਿੱਚ ਨਾ ਦਿੱਤਾ ਤੇ ਇਹਨਾਂ ਨੇ ਪਤਾ ਨਹੀਂ ਆਪਣੇ ਵਰਗੇ ਕਿੰਨੇ ਪੈਦਾ ਕਰ ਲੈਣੇ ਤੇ ਬਈ ਅਸੀਂ ਕਿਹੜਾ ਕੋਈ ਇੱਥੇ ਲੁੱਟਮਾਰ ਕਰਨ ਦੇ ਆ ਜਾਂ ਲੋਕਾਂ ਕੋਲ ਫਰੋਤੀਆਂ ਮੰਗ ਰਹੇ ਆ ਜਾਂ ਕੋਈ ਇਦਾਂ ਜਾਂ ਉਦਾਂ ਹਨ ਸਾਨੂੰ ਇੱਕ ਬੰਦਾ ਵੀ ਸਾਫਤ ਕਰੇ ਵੀ ਕਿਸੇ ਕੋਈ 1 ਰੁਪਈਆ ਵੀ ਮੰਗਿਆ ਜਾਂ ਅਸੀਂ ਕਿਹਾ ਵੀ ਸਾਡੀ ਮਤ ਕਰੋ ਅਸੀਂ ਸਿਰਫ ਇਹ ਚਾਹੁੰਦੇ ਆ ਵੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਬਚਾ ਸਕੀਏ ਕਿਉਂਕਿ ਇਸ ਟਾਈਮੇ ਜਦੋਂ ਆਪਾਂ ਪੰਜਾਬ 'ਚ ਝਾਤੀ ਮਾਰਦੇ ਆ ਆਪਣੀ ਧਰਤੀ ਜਿਹੜੀ ਆ ਨਾ ਉਹ ਵੀ ਹੀ ਗਵਾ ਬੈਠੇ ਆ ਧਰਤੀ ਨੂੰ ਅੱਜ ਖਾਦ ਤੋਂ ਬਿਨਾ ਦਵਾਈਆਂ ਤੋਂ ਬਿਨਾ ਅੱਜ ਧਰਤੀ ਜਿਹੜੀ ਆ ਸਾਨੂੰ ਲਾਲ ਨਹੀਂ ਦੇ ਸਕਦੀ। ਜਾਨੀ ਕਿ ਫਸਲ ਨਹੀਂ ਦੇ ਸਕਦੀ। ਦੂਸਰੇ ਨੰਬਰ ਦੇ ਉੱਤੇ ਆ ਜਾਓ ਤੁਸੀਂ ਪਾਣੀਆਂ ਦੀ ਗੱਲ ਕਰ ਲਓ। ਪਾਣੀ ਇੰਨੇ ਇੱਕ ਗੰਦਲੇ ਹੋ ਚੁੱਕੇ ਆ ਨਾ। ਹਮੀਰੇ ਵਾਲੇ ਪਾਸੇ ਚਲ ਜੋ ਪਤਾ ਨਹੀਂ ਕਿੰਨੇ ਲੋਕਾਂ ਨੂੰ ਟੀਵੀ ਦੀਆਂ ਬਿਮਾਰੀਆਂ ਕਿਤੇ ਲੀਵਰ ਪੈਟੀ ਦੀਆਂ ਕਿਹਨੂੰ ਕੈਂਸਰ ਕਿਸੇ ਨੂੰ ਕੁਛ ਪਾਣੀ ਵੀ ਆਪਣੇ ਜਾਂਦੇ ਲੱਗੇ। ਫਿਰ ਵੇਖੋ ਤੁਸੀਂ ਨਸ਼ੇ ਦੀ ਵੱਡੀ ਤਦਾਰ ਦੇ ਵਿੱਚ ਦੁਨੀਆ ਚੱਲੀ ਔਰ ਨਸ਼ੇ ਦੇ ਕਾਰਨ ਮਾਝਾ ਜਿਹਨੂੰ ਕਹਿੰਦੇ ਨੇ ਲੋਕ ਸ਼ਹੀਦਾਂ ਦਾ ਗੜ ਮੰਨਿਆ ਜਾਂਦਾ ਬਹਾਦਰ ਜਨੈਲਾ ਦਾ ਗੜ ਮੰਨਿਆ ਜਾਂਦਾ ਉਹਨੂੰ ਮਕਾਉਣ ਵਾਸਤੇ ਬੜੀਆਂ-ਬੜੀਆਂ ਸਾਧਿਸ਼ਾਂ ਘੜੀਆਂ ਗਈਆਂ ਨਸ਼ੇ ਦਾ ਦੌਰ ਚਲਾਇਆ ਗਿਆ ਗੋਲੀਆਂ ਦੇ ਦੌਰ ਵੀ ਚੱਲੇ ਨਸ਼ਿਆਂ ਦੇ ਦੌਰ ਵੀ ਚੱਲੇ ਤੇ ਸੁਕਈਆਂ ਨੇ ਪ੍ਰਚਾਰੇ ਕੀਤਾ ਵੀ ਨਗੀਜੀ ਸੂਈ ਨੇ ਮਾਰ ਮੁਕਾਇਆ ਉਹਨਾਂ ਸਿੰਘਾਂ ਨੂੰ ਜਿਹੜੇ ਤਲਵਾਰਾਂ ਟੈਂਕਾਂ ਤੋਪਾਂ ਦੇ ਗਾੜੀ ਨਹੀਂ ਚੁੱਕੇ ਪਰ ਉਹਨਾਂ ਲੋਕਾਂ ਦਾ ਵਹਿਮ ਹੈ ਇਹ ਸਿਰਫ ਇੱਕ ਕਰਾਇ ਪਾਉਣ ਵਾਸਤੇ ਆ ਠੀਕ ਹੈ ਉਹ ਇਹ ਜਵਾਨੀ ਜਿਹੜੀ ਇਹ ਆਪਣੀ ਜਾਂਦੀ ਲੱਗੀ ਹੁਣ ਦੂਸਰੇ ਨੰਬਰ ਤੇ ਆਜੋ ਵੀ ਜਵਾਨੀ ਵੀ ਗਈ ਹੈ ਆਪਣੀ ਤੇ ਆਉਣ ਵਾਲੀ ਜਿਹੜੀ ਨਸਲਾ ਸਾਡੀ ਉਹਨੂੰ ਕੀ ਦਿਓਗੇ ਪਾਣੀ ਤੇ ਧਰਤੀ ਜਿਨ੍ਹਾਂ ਵਾਸਤੇ ਜ਼ਾਇਦਾ ਧਨ ਦੌਲਤ ਇਕੱਠੀ ਕਰ ਰਹੇ ਜਿਨ੍ਹਾਂ ਵਾਸਤੇ ਤੁਸੀਂ ਦਿਨ ਰਾਤ ਮਿਹਨਤ ਕਰਦੇ ਪਏ ਜੇ ਵੀ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਆਉਣ ਵਾਲੀ ਨਸਲ ਇਸ ਗੱਲ ਦਾ ਦਾਵਾ ਕਰੇ ਵੀ ਸਾਡੇ ਵੱਡਿਆਂ ਨੇ ਸਾਡੇ ਵਾਸਤੇ ਰਾਜ ਭਾਗ ਕਾਇਮ ਕਰਕੇ ਸਾਡੀ ਝੋਲੀ 'ਚ ਪਾਇਆ ਸੀ ਜੇ ਤੁਹਾਡੇ ਘਰਾਂ 'ਚ ਆਉਣ ਵਾਲੇ ਸਮੇਂ ਦੇ ਵਿੱਚ ਔਲਾਦ ਪੈਦਾ ਕਰਨ ਵਾਲੇ ਨਾ ਰਹੇ ਤੇ ਫਿਰ ਦੱਸੋ ਮੈਨੂੰ ਇਹ ਜਾਇਦਾਦ ਇਹ ਧਨ ਦੌਲਤ ਕਿਹਨੂੰ ਦਿਓਗੇ ਠੀਕ ਆ ਅੱਜ ਭਈਏ ਖਿਲੀਆਂ ਉਡਾਉਂਦੇ ਆ ਇਸ ਛਿਹਰੇ ਸਰਦਾਰਾਂ ਦੇ ਘਰਾਂ ਦੇ ਵਿੱਚ ਬੱਚੇ ਸਾਡੇ ਖੇਡਦੇ ਆ ਉਹਦਾ ਕਾਰਨ ਕੀ ਆ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਵੀ ਅਸੀਂ ਇਹਨਾਂ ਤੇ ਜ਼ਿਆਦਾ ਯਕੀਨ ਕਰਦੇ ਆਂ ਤੇ ਦੂਸਰੇ ਨੰਬਰ ਤੇ ਜਿਹੜੇ ਆਪਣੇ ਭੈਣ ਭਰਾ ਹੀ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਨਾਲ ਸਾਝ ਹੀ ਜਿਨ੍ਹਾਂ ਨਾਲ ਭਾਈਚਾਰਾ ਹੀ ਉਹਨਾਂ ਨੂੰ ਹੀ ਘਰੋਂ ਬੁਕਾਰ ਕਰ ਦਿੱਤਾ ਉਹ ਅੱਜ ਕੰਪਨੀਆਂ ਦੇ ਧੱਕੇ ਖਾਂਦੇ ਫਿਰਦੇ ਜਿਹੜੇ ਭਈਏ ਹੀ ਉਹਨਾਂ ਨੂੰ ਅੱਜ ਬੈਡਰੂਮਾਂ ਤੱਕ ਲੈ ਕੇ ਤੁਸੀਂ ਆਪ ਹੀ ਲੋਕ ਪਹੁੰਚੇ ਬੈ ਬਾਹਰ ਉਹ ਨਹੀਂ ਲੈ ਕੇ ਗਿਆ ਇਹਨਾਂ ਨੂੰ ਭਾਈ ਉਹ ਆਪਣੀ ਜਗ੍ਹਾ ਆਪਣਾ ਨਿਸ਼ਾਨਾ ਮਾਰ ਰਿਹਾ ਬਾਕੀ ਜਿਹੜੇ ਕੰਜਰਖਾਨਾ ਪਾਉਂਦੇ ਆ ਲੱਚਰਤਾ ਜਿਹੜੇ ਫਲਾਉਂਦੇ ਆ ਉਹਨਾਂ ਨੂੰ ਸਿਕਿਉਰਟੀਆਂ ਅਸਲ ਵਿੱਚ ਤਾਂ ਮਿਲਦੀਆਂ ਉਹਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਹੁੰਦਾ ਉਹਦਾ ਕਾਰਨ ਇਹ ਹੁੰਦਾ ਜੀ ਕਿ ਜੇ ਅਸੀਂ ਮਤਲਬ ਉਹ ਕਿ ਲਚਰਤਾ ਵਾਲੇ ਪਾਸਿਓਂ ਹਟ ਕੇ ਫਿਰ ਸਾਡਾ ਧਰਮ ਦੇ ਖੇਤਰ ਨੂੰ ਧਿਆਨ ਦੇਣਾ ਤੇ ਜਦੋਂ ਅਸੀਂ ਗੰਦਮੰਦ 'ਚ ਰੁੱਝੇ ਰਹੇ ਸਾਡਾ ਧਰਮ ਦੇ ਖੇਤਰ 'ਚ ਧਿਆਨ ਨਹੀਂ ਜਾਣਾ ਤੇ ਇਹ ਵੀ ਇੱਕ ਬੜੀ ਵੱਡੀ ਸਾਦਿਸ਼ਾ ਵੀ ਤੁਸੀਂ ਮਤਲਬ ਲਚਰਤਾ ਦੇ ਵਿੱਚ ਲੱਗੇ ਰਹੋ ਤੁਸੀਂ ਮਤਲਬ ਚੰਗੇ ਪਾਸੇ ਤੁਹਾਡਾ ਧਿਆਨ ਨਾ ਜਾਵੇ ਤਾਂ ਕਰਕੇ ਇਹ ਗੰਦ ਨੂੰ ਪ੍ਰਮੋਟ ਕੀਤਾ ਜਾ ਰਿਹਾ ਅੱਜ ਨੰਗੇ ਹੋ ਜੋ ਪੈਸੇ ਮਿਲਦੇ ਆ ਅੱਜ ਧਰਮ ਦੀ ਗੱਲ ਕਰੋ ਕਿਸੇ ਨੇ ਤੁਹਾਡੀ ਵੀਡੀਓ ਨਹੀਂ ਸ਼ੇਅਰ ਕਰਨੀ ਕਿਸੇ ਨੇ ਕੋਈ ਚੰਗਾ ਨਹੀਂ ਕਹਿਣਾ ਕਿਸੇ ਨੇ ਤੁਹਾਡੀ ਸਪੋਰਟ ਨਹੀਂ ਕਰਨੀ ਉਹਦੇ ਵਿੱਚੋਂ 100 ਦੇ ਵਿੱਚੋਂ 50% ਬੰਦੇ ਹੁੰਦੇ ਜਿਹੜੇ ਇਹ ਗੱਲ ਵਾਕਿਆਤਰਮ ਨੂੰ ਪਿਆਰ ਕਰਨ ਵਾਲੇ ਹੁੰਦੇ ਆ ਤੇ 50% ਉਹ ਹੁੰਦੇ ਜਿਹੜੇ ਚਟਪਟਾ ਵੇਖਣ ਦੇ ਆਦੀ ਹੁੰਦੇ ਆ ਭਾਵੇਂ ਉਹਨਾਂ ਦੀ ਧੀ ਹੋਵੇ ਭੈਣ ਹੋਵੇ ਭਾਵੇਂ ਉਹਦੀ ਘਰ ਵਾਲੀ ਹੋਵੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਇਸ ਚੀਜ਼ ਨਾਲ ਮਤਲਬ ਹੁੰਦਾ ਵੀ ਸਾਨੂੰ ਚਾਰ ਪੈਸੇ ਮਿਲਣ ਹੁਣ ਹਾਈ ਕੋਰਟ ਤੋਂ ਮੰਨ ਲਓ ਉਹਨਾਂ ਨੂੰ ਆਰਡਰ ਹੋ ਗਿਆ ਜੀ ਸਾਨੂੰ ਪੇਸ਼ੀ ਹੋ ਗਈ ਸਾਡੀ ਤੇ ਅਸੀਂ ਕਿਹੜਾ ਜਾਣਾ ਨਹੀਂ ਅਸੀਂ ਕਿਹੜੇ ਚੋਰਾਂ ਵੀ ਜਿਹੜੇ ਅਸੀਂ ਭੱਜ ਜਾਣਾ ਜਾਂ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਕੰਮ ਆਪਾਂ ਕਹੇ ਆ ਉਹਨਾਂ ਤੇ ਆਪਾਂ ਖੜਨਾ ਵਾ ਜੇ ਉਹਨਾਂ ਨਾਲ ਨਾ ਖੜੇ ਤੇ ਜਿਹੜੇ ਕਹਿੰਦੇ ਨਾ ਪੰਜਾਬ ਦੇ ਹੋਰ بڑے ਕੰਮ ਆ ਭਾਈ ਵੇਖੋ ਵੱਖੋ ਵੱਖਰੀਆਂ ਜ਼ਿੰਮੇਵਾਰੀਆਂ ਖਾਲਸਾ ਪੰਥ ਨੂੰ ਸੱਚੇ ਪਾਤਸ਼ਾਹੇ ਲਾਈਆਂ ਕੁਝ ਬੰਦੇ ਇਦਾਂ ਦੇ ਜਿਹੜੇ ਬਾਬੇ ਗਲਤ ਹਰਕਤਾਂ ਕਰਦੇ ਆ ਜਾਂ ਸਮਾਜ ਨੂੰ ਗਲਤ ਸੇਧ ਦੇ ਰਹੇ ਉਹਨਾਂ ਦੇ ਦਿਵਾਲੇ ਹੋਏ ਆ ਅੰਨ ਜਿਵੇਂ ਕਿ ਸਤਕਾਰ ਕਮੇਟੀਆਂ ਆ ਗਈਆਂ ਤੇ ਗੁਰੂ ਗੰਗ ਸਾਹਿਬ ਮਹਾਰਾਜ ਦੀਆਂ ਬੇਦਬੀਆਂ ਨੂੰ ਲੈ ਕੇ ਜਿਹੜੀਆਂ ਸਤਕਾਰ ਕਮੇਟੀਆਂ ਵੀ ਉਹ ਗੁਰੂ ਗੰਗ ਸਾਹਿਬ ਮਹਾਰਾਜ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਉਹ ਤਿਆਰ ਪਰ ਤਿਆਰ ਸੇਵਾਵ ਇਹ ਜਿਹੜਾ ਪੱਖ ਆ ਇਹ ਸਭ ਤੋਂ ਗੰਭੀਰ ਗੰਭੀਰ ਵਿਸ਼ਾ ਜਿਹੜਾ ਉਹ ਸੋਸ਼ਲ ਮੀਡੀਆ ਦਾ ਤੁਸੀਂ ਅੱਜ ਇੱਥੇ ਛੋਟੀ ਜੀ ਹਰਕਤ ਕਰ ਦੋ ਛੋਟੀ ਜੀ ਗਲਤੀ ਕਰ ਦੋ ਉਹ ਦੁਨੀਆ ਦੇ ਵਿੱਚ ਆਲ ਵਰਲਡ ਦੇ ਵਿੱਚ ਜਾਂਦੀ ਗੱਲ ਵੀ ਫਲਾਣੇ ਸਿੱਖ ਨੇ ਗਲਤੀ ਕੀਤੀ ਭਾਵੇਂ ਹੋਰ ਕਿਸੇ ਵੀ ਧਰਮ ਦਾ ਕਿਸੇ ਵੀ ਸਮਾਜ ਦਾ ਬੰਦਾ ਵੱਡੀ ਤੋਂ ਵੱਡੀ ਗਲਤੀ ਕਰੇ ਉਹਦੀ ਗੱਲ ਨੱਪੀ ਜਾਂਦੀ ਲੇਕਿਨ ਸਿੱਖ ਦੇ ਜਦੋਂ ਕੋਈ ਗਲਤੀ ਕਰਦਾ ਸਿਰ ਤੇ ਭਗਵਾਨ ਕੇ ਮੂੰਹ ਤੇ ਦਾੜਾ ਪ੍ਰਕਾਸ਼ ਕਰਕੇ ਤੇ ਫਿਰ ਬਹੁਤ ਗਲਤ ਛਵੀ ਸੰਸਾਰ ਦੇ ਸਾਹਮਣੇ ਪੇਸ਼ ਹੁੰਦੀ ਮੇਰੇ ਵਿੱਚ ਵੀ ਕਮੀਆਂ ਹਨ ਕਿ ਮੈਂ ਵੀ ਆਪਣੀਆਂ ਕਮੀਆਂ ਕੱਢਦਾ ਪਿਆ